ਫਿਰੋਜ਼ਪੁਰ ਚ ਭਾਰਤ ਪਾਕਿਸਤਾਨ ਸਰਹੱਦ ਤੇ ਸਤਲੁਜ ਦਰਿਆ ਦੇ ਕਿਨਾਰੇ ਵਸੇ ਸਰਹੱਦੀ ਪਿੰਡ ਕਾਲੂ ਵਾਲਾ ਦੇ ਸਕੂਲੀ ਬੱਚੇ ਰੋਜ਼ਾਨਾ ਸਤਲੁਜ ਦਰਿਆ ਦੇ ਰਸਤੇ ਕਿਸ਼ਤੀ ਬੇੜੇ ਤੇ ਸਕੂਲ ਆਉਂਦੇ ਨੇ। ਇਹ ਪਿੰਡ ਟਾਪੂ ਨੁਮਾ ਪਿੰਡ ਹੈ ਜੋ ਤਿੰਨ ਪਾਸਿਓਂ ਸਤਲੁਜ ਦਰਿਆ ਨਾਲ ਘਿਰਿਆ ਹੋਇਆ ਹੈ। ਇਸ ਪਿੰਡ ਦੇ ਚੌਥੇ ਪਾਸੇ ਫੈਂਸਿੰਗ ਲੱਗੀ ਹੋਈ ਹੈ ਅਤੇ ਇਹ ਏਰੀਆ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦਾ ਹੈ। ਇਸ ਪਿੰਡ ਦੇ ਲੋਕ ਅਕਸਰ ਹੀ ਦਰਿਆ ਰਸਤੇ ਬੇੜੀ ਤੇ ਆਉਂਦੇ ਜਾਂਦੇ ਨੇ ਤੇ ਕਈ ਵਾਰ ਇਹ ਬੇੜੇ ਦਰਿਆ ਵਿੱਚ ਡੁੱਬਣ ਨਾਲ ਕਈ ਤਰ੍ਹਾਂ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਨੇ। ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ ਤਾਂ ਕਿੱਥੋਂ ਆਉਂਦੇ ਹੈਗੇ ਹੋ? 8ਵੀਂ ਕਲਾਸ 'ਚ ਪੜ੍ਹੇਗਾ ਔਰ ਕਾਲੂ ਵਾਲੇ ਪਿੰਡ 'ਚ ਆਏਗਾ। ਕਾਲੂ ਵਾਲਾ ਪਿੰਡ ਕਿੱਥੇ ਹੈਗਾ? ਸਤਲੁਜ ਨਾਲ ਲੱਗਦਾ। ਸਤਲੁਜ ਨਾਲ ਹੀ ਨਾਲ ਸਰਹੱਦ ਵੀ ਹੈ। ਹਾਂਜੀ ਸਰ, ਸਰਹੱਦ ਵੀ। ਤਾਂ ਤੁਹਾਡੇ ਪਿੰਡ ਦੇ ਵਿੱਚ ਸਹੂਲਤਾਂ ਹੈਗੀਆਂ ਇੰਨੀਆਂ? ਜੀ ਹਾਂਜੀ, ਸਹੂਲਤਾਂ ਹੈਗੀਆਂ ਨੇ। ਹਾਂਜੀ ਸਰ। ਤਾਂ ਵੱਡੇ ਹੋ ਕੇ ਤੁਸੀਂ ਕੀ ਬਣਨਾ ਚਾਹੁੰਦੇ ਹੋ? ਵੱਡੇ ਹੋ ਕੇ ਆਰਮੀ ਬਣਨਾ ਚਾਹੁੰਦੇ। ਆਰਮੀ 'ਚ? ਆਰਮੀ 'ਚ ਜਾ ਕੇ ਕੀ ਕਰੋਗੇ? ਤੇ ਮਾਂ ਪਿਓ ਦਾ ਸੁਪਨਾ ਪੂਰਾ ਕਰਾਂਗੇ। ਤਾਂ ਤੁਸੀਂ ਇਹ ਸਕੂਲ ਜਾਂਦੇ ਹੋ, ਕਿੰਨੇ ਵਜੇ ਤਿਆਰ ਹੁੰਦੇ ਹੋ ਤਾਂ ਕਿੰਨੇ ਵਜੇ ਸਕੂਲ ਪਹੁੰਚਦੇ ਹੈਗੇ? 6 ਵਜੇ ਤਿਆਰ ਹੋਏਗਾ, 7 ਵਜੇ ਟੁਰ ਪਵੇਗਾ ਤੇ 9 ਵਜੇ ਪਹੁੰਚ ਜਾਏਗਾ। ਤਾਂ ਫਿਰ ਇਹ ਬੇੜਾ ਹੀ ਪਾਰ ਕਰਕੇ ਤੁਸੀਂ ਜਾਂਦੇ ਹੋ? ਹਾਂਜੀ ਸਰ। ਕਿਵੇਂ ਜਾਂਦੇ ਹੋ? ਰੱਸੀ ਚਲਾ ਕੇ। ਤਾਂ ਕਿੰਨਾ ਕੁ ਔਖਾ ਔਖੇ ਹੁੰਦੇ ਹੋ ਤੁਸੀਂ? ਸਰ ਜੀ ਬਹੁਤ ਔਖੇ ਹੋਈ ਆ। ਬਹੁਤ ਦਿੱਕਤ ਆਉਂਦੀ ਹੈ। ਜਦੋਂ ਬੇੜੇ ਤੇ ਨਹੀਂ ਜਾ ਪਾਉਂਦੇ, ਜੇ ਮਲਾਹ ਨਹੀਂ ਮਿਲਦਾ ਤੇ ਫਿਰ ਆਪ ਵੀ ਚਲਾਉਣਾ ਪੈਂਦਾ ਕਈ ਵਾਰ? ਜੀ ਹਾਂਜੀ ਸਰ, ਆਪ ਵੀ ਚਲਾ ਕੇ ਆਈ ਆ। ਕਈ ਵਾਰ ਮਲਾਹ ਹੁੰਦਾ ਹੈ, ਕਈ ਵਾਰ ਨਹੀਂ ਹੁੰਦਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕਿਰਨਾ ਰਾਣੀ। ਕੀ ਕਲਾਸ 'ਚ ਪੜ੍ਹਦੇ ਹੋ? ਮੈਂ 6ਵੀਂ 'ਚ ਪੜ੍ਹਦੀ ਹਾਂ। ਤਾਂ ਕਿਹੜੇ ਸਕੂਲ ਦੇ ਵਿੱਚ ਪੜ੍ਹਦੇ ਹੈਗੇ? ਗੱਟੀ ਰਾਜੋ ਕੇ। ਤਾਂ ਕਿਹੜੇ ਰਸਤੇ ਥਾਣੀ ਆਉਂਦੇ ਹੈਗੇ ਹੋ? ਦਰਿਆ ਦੇ। ਬੇੜੀ ਚਲਾ ਕੇ? ਬੇੜੀ ਤੇ ਆਉਂਦੇ ਹੋ? ਹਾਂਜੀ ਸਰ। ਕਿੰਨੀ ਕੁ ਦਿੱਕਤ ਹੁੰਦੀ ਹੈ? ਸਰ ਬਹੁਤ ਦਿੱਕਤ ਹੁੰਦੀ ਹੈ। ਪਰ ਫਿਰ ਵੀ ਜਾਣਾ ਹੈ? ਹਾਂਜੀ ਸਰ। ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ? ਆਰਮੀ 'ਚ ਜਾਣਾ ਚਾਹੁੰਦੇ ਹਾਂ। ਆਰਮੀ 'ਚ ਜਾਣਾ ਚਾਹੁੰਦੇ ਹੋ? ਆਰਮੀ 'ਚ ਕਿਉਂ ਜਾਣਾ ਚਾਹੁੰਦੇ ਹੋ? ਦੇਸ਼ ਦੀ ਸ਼ਾਨ ਵਧਾਉਣ ਲਈ। ਮਾਪਿਓ ਦਾ ਸੁਪਨਾ ਪੂਰਾ ਵੀ ਕਰਨਾ ਹੈ? ਹਾਂਜੀ ਸਰ। ਤਾਂ ਪਿੰਡ ਦੇ ਵਿੱਚ ਸਹੂਲਤਾਂ ਹੈਗੀਆਂ ਤੁਹਾਡੇ? ਨਹੀਂ ਸਰ। ਕੀ ਹੋਣਾ ਚਾਹੀਦਾ? ਸਹੂਲਤਾਂ ਹੋਣੀਆਂ ਚਾਹੀਦੀਆਂ। ਹਾਂਜੀ ਸਰ। ਕੀ ਨਾਮ ਹੈ ਬੇਟਾ ਤੁਹਾਡਾ? ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੇਰਾ ਨਾਮ ਕਰੀਨਾ ਹੈ, ਮੈਂ 6ਵੀਂ ਕਲਾਸ 'ਚ ਪੜ੍ਹਦੀ ਹਾਂ। ਬੇਟਾ ਜਦੋਂ ਮਲਾਹ ਨਹੀਂ ਹੁੰਦਾ ਤਾਂ ਫਿਰ ਕਿੱਦਾਂ ਬੇੜੇ 'ਚ ਆਉਂਦੇ ਹੋ? ਆਪੇ ਚਲਾ ਕੇ ਆਈਦਾ। ਆਪੇ ਚਲਾ ਕੇ? ਦਿੱਕਤ ਹੁੰਦੀ ਕਾਫੀ? ਹਾਂਜੀ ਸਰ। ਕੀ ਨਾਮ ਹੈ? ਕਰੀਨਾ। ਆਜ਼ਾਦੀ ਦੇ ਇੰਨੇ ਸਾਲ ਬਾਅਦ ਵੀ ਇਸ ਪਿੰਡ ਦੇ ਲੋਕ ਅਤੇ ਹੋਰ ਸਰਹੱਦੀ ਇਲਾਕਿਆਂ ਦੇ ਲੋਕ ਅਜੇ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਨੇ।